संगत तन तन कर मिल संगत तन तन कर तन तन करो तन तन कर मिल संगत तन तन कर मिल संगत तन तन सोई रामदास गुर बल पण सोई रामदास गुर बल पण मिल संगत तन तन कर मिल संगत तन तन जह सतगुर सिमरंत नैन के तिमर मिटे खिन जह सतगुर सिमरंत हृदय हर नाम दिनो दिन जह सतगुर सिमरंत जी की तपत मिटावे सतगुर सिमरंत रिद्ध सिद्ध नौनिध पावे रिद्ध सिद्ध नौनिध पावे मिल संगत तन तन करो मिल संगत तन तन करो तन तन करो तन तन करो तन तन करो तन तन मिल संगत तन तन करो मिल संगत तन तन करो सोई रामदास गुर बल पण मिल संगत तन तन करो जय सतगुर लग प्रभ पाई है जय सतगुर लग प्रभ पाई
संगत मिल संगत तन तन करू यो जनक रा गुरु रामदा यो जनक रा बन आवे तुझ ही बन आवे एहो जनक राग गुरु रामदास एहो जनक राग गुरु रामदास गुरु रामदास जनक राज गुरु रामदास तुझ ही बन आवे। गुरु प्यारियो समा हो चुका है पर आप जी का हुक्म होवे क्योंकि अज का सबजैक्ट ऐसा सी इन थोड़ा जहा खोलना बहुत जरूरी है। पांच के मिनट मैं समा लाँगा आप खेमा बख्शिश करना। अज के पावन सबजैक्ट के अंदर पट्टा ने एक गल बड़ी दृढ़ होके की। दो अवस्थावां पट्टा ने जिक्र किए, एक राज अत दा ऐशो आराम, एक जोग। जोग की उस ऐशो आराम तो निर्लेपता, इंज कह लो एक गरीबी एक अमीरी। एकाग्रता बख्शिश करना क्योंकि बहुत ही डूंगी रमज अज दे सब्जेक्ट च पट्टा ने धन धन साहिब सतगुरु गुरु रामदास जी पातशाह वास्ते बयान की। हिंदू मिथिहास के मुताबक इको एक राजा होया राजा जनक, जिसनू ए अवस्था प्राप्त होई राज ते जोग दी। राज च रहंदिया होया भी राज तो निर्लेप योगी राज जोगी जनक पट आए धन गुरु गुरु रामदास पातशाह जी दे दरबार च, गले च पल्ला पा के खड़े हुए सतगुरु दे मुखातब होके कहने, सतगुरु लोग कहते ने जनक राज राजा राज जोगी होया, पर पट कहते सतगुरु मैं असी नहीं मनते। चलो मन लिया राजा जनक राज जोगी सी,
ਪਰ ਭੱਟ ਕਹਿੰਦੇ ਨੇ ਸਤਿਗੁਰੂ ਇੱਕ ਗੱਲ ਦੱਸੋ, ਜਨਕ ਕੌਣ? ਜਨਕ ਸੋਏ ਜਿਨ ਜਾਣੇ। ਹੇ ਸਤਿਗੁਰੂ, ਜਨਕ ਉਹ ਹੈ ਜਿਸ ਨੇ ਤੈਨੂੰ ਜਾਣ ਲਿਆ, ਉਹ ਹੋਰ ਕੋਈ ਜਨਕ ਨਹੀਂ। ਅੱਜ ਭੱਟਾਂ ਦੇ ਵਿਚਾਰ ਦੇਖੋ ਦਰਖਤ, ਧੰਨ ਗੁਰੂ ਗੁਰੂ ਰਾਮਦਾਸ ਪਾਤਸ਼ਾਹ। ਸੋਢੀ ਸੁਲਤਾਨ ਅੱਜ ਭੱਟ ਕੀ ਕਹਿ ਰਹੇ ਨੇ? ਸਤਿਗੁਰੂ, ਜਨਕ ਸੋਏ ਜਿਨ ਜਾਣਿਆ, ਜਿਹਨੇ ਤੈਨੂੰ ਜਾਣ ਲਿਆ। ਤੇ ਮੈਂ ਸਤ ਭੱਟ ਕਹਿੰਦੇ ਨੇ, ਸਤਿਗੁਰੂ ਮੈਂ ਦੱਸਾਂ ਤੁਹਾਨੂੰ, ਜਿਸ ਨੇ ਤੈਨੂੰ ਜਾਣ ਲਿਆ ਇੱਕ ਅਵਸਥਾ ਤੇ ਉਹ ਪਹੁੰਚੇ ਨੇ ਕੀ? ਗੁਰੂ ਪਿਆਰਿਓ ਅਗਲੀ ਬੰਦ ਵਿੱਚ ਕਹਿੰਦੇ ਨੇ, ਉਨ ਮਨ ਰੱਥ ਧਰਿਆ। ਉਨ ਮਨ ਐਸੀ ਅਵਸਥਾ ਹੈ, ਉਨ ਮਨ ਦੀ। ਗੁਰੂ ਪਿਆਰੇ, ਤੁਸੀਂ ਕਮਲ ਦਾ ਫੁੱਲ ਦੇਖਿਆ ਹੋਣਾ, ਚਿੱਕੜ ਚ ਹੁੰਦਾ ਤੇ ਫੁੱਲ ਜਦੋਂ ਚਿੱਕੜ ਚ ਹੁੰਦਾ ਕਮਲ ਦਾ, ਉਸਦਾ ਮੂੰਹ ਚਿੱਕੜ ਵਾਲੇ ਪਾਸੇ ਹੁੰਦਾ, ਉਲਟਾ ਤੇ ਬੰਦ ਹੁੰਦਾ। ਹੁੰਦਾ ਪਤਾ ਕੀ ਹੈ? ਉਨ ਮਨ ਦੀ ਅਵਸਥਾ ਕੀ ਹੈ? ਸਵੇਰ ਹੋਈ, ਆਕਾਸ਼ ਤੋਂ ਸੂਰਜ ਦੀ ਕਿਰਨ ਨਿਕਲੀ ਤੇ ਉਸ ਕਮਲ ਦੇ ਫੁੱਲ ਤੇ ਪਈ, ਤੇ ਜਿਉਂ ਜਿਉਂ ਕਮਲ ਦੇ ਫੁੱਲ ਦੇ ਤੇ ਉਹ ਕਿਰਨ ਪਈ, ਉਹ ਕਮਲ ਦਾ ਫੁੱਲ ਆਪਣੀ ਮੂੰਹ ਉੱਪਰਲੇ ਪਾਸੇ ਕਰ ਪੂਰਾ ਸ਼ਿਖਰ ਤੇ ਪਹੁੰਚਿਆ ਸੂਰਜ, ਤੇ ਉਹ ਕਮਲ ਦਾ ਫੁੱਲ ਜੋ ਮੂੰਹ ਚਿੱਕੜ ਵਾਲੇ ਪਾਸੇ ਕਰਕੇ ਬੈਠਾ ਸੀ ਸਾਰੀ ਰਾਤ, ਅੱਜ ਸੂਰਜ ਦੀ ਕਿਰਨ ਪਈ ਤੇ ਉਸਦਾ ਮੂੰਹ ਉੱਪਰ ਸੂਰਜ ਵਾਲੇ ਪਾਸੇ। ਬਸ ਅੱਜ ਦੀ ਗੱਲ ਤੋਂ ਇਹ ਦੇਖਣਾ, ਹੇ ਧੰਨ ਗੁਰੂ ਗੁਰੂ ਰਾਮਦਾਸ ਪਾਤਸ਼ਾਹ, ਉਹ ਮਨੁੱਖ ਜਿਹੜੇ ਮਾਇਆ ਦੇ ਚਿੱਕੜ ਦੇ ਵਿੱਚ ਫਸੇ, ਉਹਨਾਂ ਦਾ ਮੂੰਹ ਮਾਇਆ ਦੇ ਚਿੱਕੜ ਵਾਲੇ ਪਾਸੇ ਸੀ, ਜਦੋਂ ਤੇਰੀ ਬਖਸ਼ਿਸ਼ ਦੀ ਕਿਰਨ ਉਸ ਮਨੁੱਖ ਦੇ ਉੱਤੇ ਪਈ ਤੇ ਉਸਦਾ ਮੂੰਹ ਮਾਇਆ ਤੋਂ ਨਿਰਲੇਪ ਹੋ ਕੇ ਤੇਰੇ ਵਾਲੇ ਪਾਸੇ ਪਹੁੰਚ ਗਿਆ, ਤੇ ਹੋਇਆ ਕਿ ਉਨ ਮਨ ਰੱਥ ਧਰਿਆ, ਉਸ ਮਾਇਆ ਦੀ ਕਿਰਨ ਤੋਂ ਨਿਰਲੇਪ ਹੋ ਕੇ ਤੇਰੀ ਬਖਸ਼ਿਸ਼ ਦਾ ਸਦਕਾ ਉਹ ਤੇਰੇ ਕੋਲ ਹੀ ਜਾ ਕੇ ਤੇਰੇ ਵਿੱਚ ਹੀ ਲੀਨ ਹੋ ਗਿਆ। ਗੁਰੂ ਪਿਆਰੇ ਅਗਲੀ ਤੁੱਕ ਵਿੱਚ ਕਹਿ ਕੇ ਮੈਂ ਇੱਕੋ ਹੀ ਸ਼ਬਦ ਦੀ ਥੋੜ੍ਹਾ ਜਿਹਾ ਵਿਆਖਿਆ ਕਰਾਂਗਾ। ਅੱਗੇ ਤਾਂ ਬਹੁਤ ਅਕਟੁੱਟ ਖਜ਼ਾਨਾ ਭਗਤਾਂ ਨੇ, ਭੱਟਾਂ ਨੇ ਬਿਆਨ ਕੀਤਾ। ਕਹਿੰਦੇ ਜਦੋਂ ਉਹ ਕਮਲ ਦਾ ਫੁੱਲ ਤੇਰੇ ਵਾਲੇ ਪਾਸੇ ਮੂੰਹ ਕੀਤਾ, ਮਿਲਿਆ ਕਿ ਕਹਿੰਦੇ ਨੇ ਸਤ ਸੰਤੋਖ ਸਮਾਚਰੇ, ਤਿੰਨ ਅਵਸਥਾ। ਸਤ ਆ ਗਿਆ, ਸੰਤੋਖ ਸੈਟਿਸਫੈਕਸ਼ਨ, ਸਮਾਚਰੇ ਹਰ ਦੁੱਖ ਤੇ ਸੁੱਖ ਦੀ ਅਵਸਥਾ ਨੂੰ ਇੱਕ ਲੈਵਲ ਤੇ ਖੜਾ ਕੀਤਾ। ਸਤ ਸੰਤੋਖ ਸਮਾਚਰੇ, ਤਿੰਨ ਅਵਸਥਾਵਾਂ ਭਰੀਆਂ ਮਿਲੀਆਂ ਉਸ ਮਨੁੱਖ ਨੂੰ। ਹੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ, ਜਿਹੜਾ ਤੇਰੇ ਦਰ ਦੇ ਤੇ ਆਇਆ ਖਾਲੀ ਹੋ ਕੇ ਨਾ, ਅਭਰਾ ਖਾਲੀ ਸਰ ਭਰਿਆ, ਅੱਜ ਤੂੰ ਉਹਨੂੰ ਤਰੁੱਟ ਕੇ ਉਸ ਨੂੰ ਖਾਲੀ ਹੋਇਆ ਨੂੰ ਅੱਜ ਦਿਲ ਉਹਨਾਂ ਦੇ ਭਰ ਕੇ ਉਹਨਾਂ ਨੂੰ ਭੇਜਦਾ। ਹੇ ਗੁਰੂ ਰਾਮਦਾਸ, ਅਕਥ ਕਥਾ, ਇਤਨੀ ਤੇਰੀ ਮਹਿਮਾ ਇੱਕ ਜੀਵ ਕੀ ਬਿਆਨ ਕਰੇ? ਮੇਰੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ, ਅਕਥ ਕਥਾ ਤੁਮਰੀ ਜੀ, ਅਕਥ ਕਥਾ ਤੂੰ 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 ਹੀ ਜਾਣੇ। ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਤੇਰੀ ਅਕਥ ਕਥਾ ਤਾਂ ਤੂੰ ਹੀ ਜਾਣ ਸਕਦਾ, ਅਸੀਂ ਤਾਂ ਕੀ ਕਰ ਸਕਦੇ ਹਾਂ। ਹੋ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ, ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੇ। ਗੁਰੂ ਰਾਮਦਾਸ ਪਾਤਸ਼ਾਹ, ਜਿਸ ਨੂੰ ਤੁਸੀਂ ਇਹ ਅਵਸਥਾ ਦੇ ਦਿੰਦੇ ਹੋ ਨਾ, ਉਹੀ ਉਹ ਮਨੁੱਖ ਇਹ ਅਵਸਥਾ ਨੂੰ ਪ੍ਰਾਪਤ ਹੋ ਸਕਦਾ ਹੈ।
ਗੁਰੂ ਪਿਆਰਿਓ, ਅੱਜ ਦਾ ਸਮਾਂ ਇਜਾਜ਼ਤ ਨਹੀਂ ਹੁੰਦਾ ਦਿੰਦਾ, ਕਦੀ ਫਿਰ ਸਮਾਂ ਮਿਲਿਆ ਇਹ ਸਬਜੈਕਟ ਲੈ ਕੇ। ਅੱਗੇ ਰਾਜ ਹੈ ਕੀ ਹੈ, ਯੋਗ ਹੈ ਕੀ ਹੈ? ਇਹ ਰਾਜ ਯੋਗ ਗੁਰੂ ਰਾਮਦਾਸ ਤੁਝ ਹੀ ਤੁਮਹੂੰ ਰਸ ਜਾਣੇ, ਇਹ ਦੋਨੋਂ ਅਵਸਥਾਵਾਂ ਦਾ ਰਸਤਾ ਤੁਸੀਂ ਹੀ ਜਾਣ ਸਕਦੇ ਹੋ। ਕੋਈ ਇਹ ਦੁਨਿਆਵੀ ਰਾਜਾ ਇੱਕ ਅਵਸਥਾ ਦਾ ਰਸਤਾ ਮਾਣ ਸਕਦਾ, ਇਹ ਦੋਨੋਂ ਅਵਸਥਾਵਾਂ ਦਾ ਰਸਤਾ ਹੇ ਮੇਰੇ ਧੰਨ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਹੀ ਜਾਣ ਸਕਦੇ ਹੋ, ਮਾਣ ਸਕਦੇ ਹੋ, ਤੁਸੀਂ ਹੀ ਬਖਸ਼ਿਸ਼ ਕਰ ਸਕਦੇ ਹੋ, ਇਤਨੀ ਸੇਵਾ ਪ੍ਰਵਾਨ ਕਰਨੀ। ਗੁਰੂ ਪਿਆਰਿਓ, ਮੈਂ ਇੱਕ ਬੇਨਤੀ ਕਰਾਂ, ਅਕਥ ਕਥਾ ਦਾ ਕੋਈ ਬਿਆਨ ਨਹੀਂ ਕਰ ਸਕਦਾ, ਰਸ ਲੈ ਸਕਦਾ। ਬਾਣੀ ਕੰਠ ਕਰੀਏ, ਬਾਣੀ ਕੰਠ ਕਰਕੇ ਪਹਿਲਾਂ ਪਾਠ ਕਰੀਏ, ਉਸਨੂੰ ਕੰਠ ਕਰੀਏ, ਕੰਠ ਕਰਕੇ ਉਸਦਾ ਰਸ ਲਈਏ ਨਾ, ਬਸ ਗੁਰੂ ਪਿਆਰਿਓ ਇਹ ਕਮਲ ਫੁੱਲ ਸਾਡੇ ਹਿਰਦੇ ਦਾ ਫੁੱਲ ਜਿਹੜਾ ਮਾਇਆ ਦੀ ਤਰਫ ਆਪਣਾ ਮੂੰਹ ਕਰੀ ਬੈਠਾ ਹੈ, ਅਤੇ ਸਤਿਗੁਰੂ ਰਹਿਮਤ ਕਰਨਗੇ ਇਹ ਫੁੱਲ, ਇਹ ਹਿਰਦਾ, ਇਹ ਸੁਰਤ ਉੱਚੇ ਉੱਠ ਕੇ ਸਤਿਗੁਰੂ ਜੀ ਦੇ ਵੱਲ ਮੂੰਹ ਕਰ ਲਏਗੀ। ਇਤਨੀ ਸੇਵਾ ਪ੍ਰਵਾਨ ਕਰਨੀ। ਕੀਰਤਨ ਕਰਦੇ ਹਾਂ, ਆਪ ਜੀ ਦੇ ਨਚੀਜ ਬੱਚਿਆਂ ਪਾਸੋਂ ਬੇਅੰਤ 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 ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਉਹਨੇ ਖਿਮਾ ਕਰਨੀ। ਹਾਰਦਿਕ ਤੌਰ 'ਤੇ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪ ਜੀ ਵਰਗੀਆਂ ਗੁਰਮੁਖ ਪਿਆਰੀ ਰੂਹਾਂ ਦੇ ਦਰਸ਼ਨ ਕਰਾਏ। ਬਾਬਾ ਜੀ ਦਾ, ਇੱਥੋਂ ਦੇ ਸਾਰੇ ਪ੍ਰਬੰਧਕ ਸੱਜਣਾਂ ਦਾ, ਆਪ ਜੀ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਗੁਰੂ ਪਿਆਰੂ, ਮੈਂ ਇੱਕ ਬੇਨਤੀ ਕਰਾਂ, ਇਤਨਾ ਸਮਾਂ ਬਖਸ਼ਿਸ਼ ਕੀਤਾ, ਮੈਂ ਆਨੰਦ ਸਾਹਿਬ ਕਵਣ ਲੱਗਾ। ਆਪ ਜੀ ਅੱਜ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਜ਼ਰੂਰ ਜਾਇਓ। ਅੱਜ ਉਸ ਮੇਰੇ ਦਾਤੇ ਦਾ ਪੁਰ ਮਨਾ ਰਹੇ, ਹੁਣੀ ਆਪ ਜੀ ਨੇ ਸੁਣਿਆ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਨ ਆਵੇ। ਆਓ ਭਾਈ, ਆਨੰਦ ਸਾਹਿਬ ਜੀ ਦਾ ਪਾਠ ਕਰਨ ਲੱਗਿਆਂ ਅਰਦਾਸ 'ਚ ਸ਼ਾਮਲ ਹੋ ਕੇ ਸਤਿਗੁਰੂ ਜੀ ਦਾ ਹੁਕਮਨਾਮਾ ਸਰਵਣ ਕਰਕੇ ਜਾਣਾ। ਆਓ ਸਭ ਰਲ ਮਿਲ ਕੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰੀਏ।